UBDC डिफेस ट्रेन ते काम कर रहे मजदूरां ते मिट्टी डिगन दे नाल चार मजदूर जख्मी हो गए जबकि एक मजदूर दी मौत हो जाने दी सूचना मिली है। मिली जानकारी अनुसार UBDC डिफेस ट्रेन कलसियां खुरद विखे ग्रिफ महकमे वालों करवाए जा रहे विकास कार्यों दौरान मिट्टी दी डिगन नाल पांच मजदूर मिट्टी हेठा आ गए। चार मजदूरों नूं मिट्टी विचों बाहरों कढ लिया गया जिन्हां नूं भिखी विंड दे प्राइवेट हस्पताल दाखिल करवाया गया है। दस दईए कि एक मजदूर चानन सिंह पुत्र बलकार सिंह वासी ढाल नूं काफ़ी मुशक्कत करन तो बाद बाहर कढ़िया गया। उक्त मजदूर नूं जदों खालड़ा दे हस्पताल विखे लैके गए तां डाक्टरां ने उस नूं मृतक करार दे दिता। इस संबंधी मेरठ चानन सिंह भट्टी ने पत्रकारों नूं जानकारी दिंदे दस्या कि अज रोज़ाना की तरह UBDC ट्रेन विच काम चल रहा सी। इस दौरान 22 दे करीब मजदूर काम कर रहे सन। अचानक मिट्टी डिग जाण नाल पंज मजदूर मिट्टी दे हेठां आ गए जिन्हां नूं मुश्किल दे नाल मिट्टी विचों बाहर कढ़िया गया। मजदूर चानन सिंह की ज़्यादा देर मिट्टी विच रहण कारण मौत हो गई। मृतक मजदूर पिंड ढल जिला तरन तारण का रहने वाला है जो बेहद गरीब परिवार नाल संबंधित है। जख्मियों विच हरचंद सिंह पुत्र बलविंदर सिंह शेर सिंह पुत्र जस्सा सिंह सुखविंदर सिंह पुत्र करनैल सिंह रणजीत सिंह पुत्र महेंद्र सिंह पिंड वाह दे निवासी हैं। मृतक दे परिवार ने सरकार पासों मदद दी गुहार लगाई है। मृतक चानन सिंह अपने पिछे विधवा पत्नी तो इलावा दो मुंडे अते एक कुड़ी छड़ गया है। इस संबंधी थाना खालड़ा दे ASI चरण सिंह ने जानकारी देंदे हुए दस्या कि मृतक दी लाश नूं कब्जे विच लै के धारा 174 CRPC तहत कार्रवाई करते हुए पोस्टमार्टम लिए भेजा जा रहा है। की नाम ਤੁਹਾਡਾ ਜੀ? ਮੇਰਾ ਨਾਮ ਚਾਨਨ ਸਿੰਘ। ਤੁਸੀਂ ਮੇਟ ਹੋ? ਹਾਂਜੀ ਮੇਟ ਹਾਂ। ਚਾਨਨ ਸਿੰਘ ਪੱਟੀ? ਹਾਂਜੀ ਚਾਨਨ ਸਿੰਘ। ਚਾਨਨ ਸਿੰਘ ਜੀ ਅੱਜ ਕੀ ਵਾਕਿਆ ਵਾਪਰਿਆ? ਕਹਿੰਦੇ ਨਹਿਰ ਤੇ ਕੰਮ ਕਰਦੇ ਆ ਜਿਹੜੇ ਬੰਦੇ ਮਿੱਟੀ ਦੇ ਥੱਲੇ ਦੱਬੇ ਗਏ, ਕੀ ਮਾਮਲਾ ਸੀ? ਦੇਖੋ ਜੀ, ਰੋਜ਼ ਦੀ ਤਰ੍ਹਾਂ ਅਸੀਂ ਗ੍ਰਿਫ ਮਹਿਕਮੇ 'ਚ ਕੰਮ ਕਰਦੇ ਹਾਂ, ਠੀਕ ਹੈ ਜੀ, ਅਤੇ ਉੱਥੇ 22 ਬੰਦੇ ਕੰਮ ਕਰਦੇ ਪਏ ਸੀ। ਹਾਂਜੀ, ਅਚਾਨਕ ਉੱਥੇ ਉੱਤੋਂ ਢਿੱਗ ਡਿੱਗਣ ਕਾਰਨ ਬੰਦੇ ਕੁਛ 4-5 ਥੱਲੇ ਆ ਗਏ ਆ, ਕੁਛ ਬੰਦੇ ਭੱਜ ਕੇ ਸਾਈਡ ਹੋ ਗਏ। ਤਿੰਨਾਂ ਬੰਦਿਆਂ ਨੂੰ ਅਸੀਂ ਕੱਢ ਲਿਆ, ਜਿਨ੍ਹਾਂ ਦੇ ਕੁਝ ਥੋੜ੍ਹੀਆਂ ਬਹੁਤ ਚੋਟਾਂ ਲੱਗੀਆਂ ਉਹ ਹੋਸਪਿਟਲ ਨੇ, ਅਤੇ ਇੱਕ ਦੀ ਮਤਲਬ JCB ਬੁਲਾਉਂਦਾ ਦੇਰ ਹੋ ਗਈ, ਉਹ ਅਚਾਨਕ ਮਤਲਬ ਕੱਢਦਿਆਂ ਕੱਢਦਿਆਂ ਉਹਦੀ ਡੈਥ ਹੋ ਗਈ ਹੈ। ਜਿਹੜੇ ਇਹ ਚਾਰੇ ਬੰਦੇ ਸੀ ਮਜ਼ਦੂਰ ਕਿੱਥੋਂ ਦੇ ਰਹਿਣ ਵਾਲੇ ਸੀ? ਇਹ ਚਾਰੇ ਜੀ ਇੱਕ ਦੋ ਵਾਂ ਦੇ, ਦੋ ਡੱਲ ਪਿੰਡ ਦੇ। ਜਿਨ੍ਹਾਂ ਦੀ ਡੈਥ ਹੋਈ ਉਹ ਕਿਹੜੇ ਪਿੰਡ ਦੇ? ਉਹ ਡੱਲ ਪਿੰਡ ਦੇ ਜੀ। ਅਤੇ ਹੁਣ ਜਿਹੜਾ ਦੂਜੇ ਬੰਦੇ ਜਿਹੜੇ ਆ, ਤਿੰਨ ਬੰਦੇ ਜਿਹੜੇ ਤੁਸੀਂ ਡਾਕਟਰ ਕੋਲ ਛੱਡ ਕੇ ਆਏ ਹੋ, ਉਹ ਬਿਲਕੁਲ ਠੀਕ ਨੇ? ਹਾਂਜੀ, ਉਹ ਬਿਲਕੁਲ ਠੀਕ ਹੈ। ਅਤੇ ਇਹ ਚੌਥੇ ਬੰਦੇ ਜਿਹਦੀ ਡੈਥ ਹੋਈ ਉਹਦਾ ਕੀ ਨਾਂ ਹੈ? ਇਹਦਾ ਨਾਮ ਚਾਨਣ ਸਿੰਘ ਜੀ। ਪਿੰਡ? ਪਿੰਡ ਡੱਲ ਜੀ। ਅਤੇ ਕੀ ਕਰਦੇ, ਹਾਲਾਤ ਕਿੱਦਾਂ ਦੇ ਆ ਪਰਿਵਾਰ ਦੇ? ਹਾਲਾਤ ਤਾਂ ਮਜ਼ਦੂਰੀ ਕਰਦੇ ਜੀ, ਹਾਲਾਤ ਤੁਹਾਨੂੰ ਪਤਾ ਮਜ਼ਦੂਰੀ ਹੁੰਦੀ ਹੈ। ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਕਰਨਾ ਵੀ ਇਹ ਮਾਤੜ ਬੰਦਾ ਥੋੜ੍ਹੀ ਜਿੰਨੀ ਮਦਦ ਕੀਤੀ ਜਾਵੇ। ਤੁਸੀਂ ਆਪਣੇ ਉੱਪਰ ਅਫਸਰਾਂ ਨੂੰ ਦੱਸ ਦਿੱਤਾ? ਬਿਲਕੁਲ ਦੱਸ ਦਿੱਤਾ ਜੀ। ਉਹਨਾਂ ਦਾ ਕੀ ਕਹਿਣਾ? ਉਹਨਾਂ ਦਾ ਕਹਿਣਾ ਕੋਈ ਨਹੀਂ, ਜਿੰਨੀ ਕੋਸ਼ਿਸ਼ ਸਾਡੀ ਹੋਈ ਵੱਧ ਤੋਂ ਵੱਧ ਮਦਦ ਕਰਨਗੇ। ਹਰਚੰਦ ਸਿੰਘ। ਅਸੀਂ ਗ੍ਰਿਫ ਮਹਿਕਮੇ 'ਚ ਕੰਮ ਕਰਦੇ ਹਾਂ, ਹੋ ਗਏ 2 ਸਾਲ। ਅੱਜ ਅਸੀਂ ਦੁਆਰ ਦੀ ਥੱਲੇ ਸਫਾਈ ਕਰਨ ਦੇ ਹਾਂ, ਉੱਥੋਂ ਢਿੱਗ ਡੇਪੀ। ਕਿੰਨੇ ਬੰਦੇ ਕੰਮ ਕਰਦੇ ਸੀ? ਕੰਮ ਬੰਦੇ ਉੱਥੇ 22 ਕਰਦੇ ਹਾਂ, ਪਰ 5 ਥੱਲੇ ਆਏ, 4 ਦੇ ਸੱਟਾਂ ਲੱਗੀਆਂ, ਇੱਕ ਦੀ ਡੈਥ ਹੋ ਗਈ। ਕੀ ਨਾਂ ਤੁਹਾਡਾ? ਹਰਚੰਦ ਸਿੰਘ। ਮੇਰੇ ਆਪ ਪੱਟ ਦੇ ਮਾਸ ਪੱਟ ਆ। ਸੁਖਵਿੰਦਰ ਸਿੰਘ ਜੀ। ਤੇ ਕੀ ਕੰਮ ਕਰਦੇ ਸੀ? ਗ੍ਰਿਫ ਮਹਿਕਮੇ ਜੀ। ਤੇ ਜਿਹੜੇ ਆ ਢਿੱਗ ਡਿੱਗ ਪਈ ਹੈ, ਕਿੰਨੇ ਬੰਦੇ ਕੰਮ ਕਰਦੇ ਸੀ ਤੇ ਕੀ ਗੱਲ ਹੋਈ ਸਾਰੀ? ਅਸੀਂ ਜੀ ਸੱਟ ਲੱਗਣ ਵਾਲੇ ਅਤੇ 5 ਜਣੇ, 4 ਨੂੰ ਸੱਟਾਂ, 1 ਦੀ ਡੈਥ ਹੋ ਗਈ ਜੀ। ਅਤੇ ਕਿਹੜੀ ਕੰਪਨੀ ਦਾ ਕੰਮ ਕਰਦੇ ਤੁਸੀਂ? ਗ੍ਰਿਫ ਮਹਿਕਮੇ ਜੀ। ਸਰਕਾਰੀ ਮਹਿਕਮਾ ਨਾ? ਹਾਂਜੀ ਸਰਕਾਰੀ ਜੀ। ਕਿੰਨੇ ਚਿਰ ਹੋ ਗਿਆ ਤੁਸੀਂ ਕੰਮ ਕਰਨ ਦੇ? ਇਹ 2 ਸਾਲ ਹੋ ਗਏ ਜੀ। ਕਿਹੜੀ ਕੰਪਨੀ, ਮਤਲਬ ਕਿ ਕਿਹੜੀ ਥਾਂ 'ਤੇ ਕੰਮ ਕਰਦੇ ਸੀ? ਕਲਸੀ, ਦੋਦੇ ਕਲਸੀ ਜੀ। ਦੋਦੇ ਕਲਸੀ ਜੀ। ਹਾਂ। ਟੋਟਲ ਕਿੰਨੇ ਬੰਦੇ ਕੰਮ ਕਰਦੇ ਸੀ? ਟੋਟਲ 25-30 ਜਣੇ ਹੁੰਦੇ ਜੀ। ਅਤੇ ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ? 5 ਬੰਦੇ ਜੀ। ਤੁਹਾਡੇ ਕਿੱਥੇ ਸੱਟਾਂ ਲੱਗੀਆਂ? ਮੇਰੇ ਦੋਵੇਂ ਲੱਤਾਂ ਟੁੱਟੀਆਂ, ਇੱਕ ਲੱਕ 'ਚ ਸੱਟ ਹੈ ਜੀ। ਹੋਰ ਬਾਕੀ ਦੀਆਂ ਕਿੱਥੇ ਕਿੱਥੇ ਸੱਟ ਹੈ ਜੀ? ਬਾਕੀਆਂ ਦੇ ਵੀ ਦੂਜਾ ਅਕਸਰ ਹੁਣ ਗਿਆ ਵਾ, ਫਿਰ ਅਕਸਰ ਤੁਹਾਨੂੰ ਪਤਾ ਲੱਗੂਗਾ ਕੀ ਹੋਇਆ। ਕਿਸੇ ਦੀ ਡੈਥ ਹੋਈ ਹੈ? ਹਾਂ, ਇੱਕ ਬੰਦੇ ਦੀ ਡੈਥ ਹੋ ਗਈ, 4 ਸੱਟਾਂ ਵੇਖ। ਕੀ ਨਾਂ ਉਹਦਾ? ਚਾਨਣ ਸਿੰਘ ਜੀ। ਕੀ ਮੰਗ ਕਰਦੇ ਤੁਸੀਂ ਸਰਕਾਰ? ਅਸੀਂ ਤਾਂ ਇਹੋ ਮੰਗ ਕਰਦੇ ਹਾਂ ਵੀ ਜੋ ਵੀ ਹਸਪਤਾਲ ਦੇ ਵਿੱਚ ਕਾਰਵਾਈ ਉਹ ਕੀਤੀ ਜਾਵੇ। ਅਸੀਂ ਵਿਖੇ ਜਿਹੜੀ ਆ ਮਿੱਟੀ ਦੀ ਢਿੱਗ ਡਿੱਗਣ ਕਾਰਨ ਡਿਫੈਂਸ ਟ੍ਰੇਨ 'ਤੇ 5 ਬੰਦੇ ਦੱਬੇ ਗਏ, 4 ਦੀ ਜ਼ਖਮੀ ਆ, 1 ਦੀ ਮੌਤ ਹੋ ਗਈ, ਕੀ ਮਾਮਲਾ ਦਰਜ ਕੀਤਾ? ਇਹ 7 ਜਿਹੜੀ ਆ ਢਿੱਗ ਡਿੱਗੀ ਆ,
ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। 174 ਦੀ ਕਾਰਵਾਈ ਕਾਰਨ ਵਿੱਚ ਲਿਆਂਦੀ ਗਈ ਆ, ਨਾਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਵੱਲ ਕੀਤੀ ਜਾਏ। ਮ੍ਰਿਤਕ ਦਾ ਨਾਮ ਕੀ ਹੈ ਸਰ? ਮ੍ਰਿਤਕ ਦਾ ਨਾਮ ਹੈਗਾ ਚਾਨਣ ਸਿੰਘ ਸਾਨੂੰ ਬਲਕਾਰ ਸਿੰਘ ਵਾਸੀ ਦੱਸ। ਕਿੰਨੇ ਬੰਦੇ ਸੀ ਟੋਟਲ ਸਾਰੇ? ਇਹ ਦਸ ਮੁਤਾਬਕ ਜੀ ਪੰਜ ਬੰਦੇ ਸੀ, ਚਾਰ ਬੰਦੇ ਜ਼ਖਮੀ ਹੋ ਗਏ ਜੀ, ਤਾਂ ਹਸਪਤਾਲ ਦਾਖਲ ਚਾਰ, ਅਤੇ ਇਹਦੀ ਪੰਜਵੀਂ ਦੀ ਬਾਅਦ 'ਚ ਮੌਤ ਹੋ ਗਈ ਹੈ। ਅਤੇ ਮਾਮਲਾ ਦਰਜ ਕਰ ਲਿਆ ਸਰ? ਹਾਂਜੀ ਮਾਮਲਾ ਦਰਜ ਕਰ ਲਿਆ ਜੀ, 174 ਦੀ ਕਾਰਵਾਈ ਕਰ ਰਹੇ ਹਾਂ।